ਬਲਾਕ ਕੋਟਭਾਈ ਦੇ ਨਾਮ ਚਰਚਾ ਘਰ ਮਧੀਰ ਵਿਖੇ ਅੱਜ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਕੈਂਪ ਵਿੱਚ SDM ਗਿੱਦੜਬਾਹਾ ਸ਼੍ਰੀ ਓਮ ਪ੍ਰਕਾਸ਼ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿੱਦੜਬਾਹਾ ਦੇ SDM ਓਮ ਪ੍ਰਕਾਸ਼ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਾਂ। ਹੁਣ ਭਾਰਤ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਵੈਕਸੀਨ ਤਿਆਰ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਅਸੀਂ ਵੱਖ ਵੱਖ ਸੰਸਥਾਵਾਂ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੀ ਵਾਰੀ ਆਉਣ ਤੇ ਕੋਰੋਨਾ ਵੈਕਸੀਨੇਸ਼ਨ ਦਾ ਟੀਕਾਕਰਨ ਜ਼ਰੂਰ ਲਗਵਾਉਣ, ਕਿਉਂਕਿ ਜੋ ਕੋਰੋਨਾ ਦੀ ਤੀਜੀ ਲਹਿਰ ਬਹੁਤ ਖਤਰਨਾਕ ਹੈ, ਇਸ ਦੇ ਬਚਾਅ ਲਈ ਵੈਕਸੀਨ ਟੀਕਾਕਰਨ ਬੱਚਿਆਂ ਤੇ ਵੱਡੀ ਉਮਰ ਦੇ ਲੋਕਾਂ ਲਈ ਅਤਿ ਜ਼ਰੂਰੀ ਹੈ, ਤਾਂ ਜੋ ਅਸੀਂ ਕੋਰੋਨਾ ਵਰਗੀ ਮਹਾਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ। ਅਸੀਂ ਜਿਹੜਾ ਕੋਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੋਈ ਹੈ, ਇਹ ਪਿਛਲੇ 1 ਸਾਲ ਤੋਂ ਇਹਦੇ ਨਾਲ ਅਸੀਂ ਜੂਝ ਰਹੇ ਹਾਂ। 1 ਸਾਲ ਤੋਂ ਵੀ ਟਾਈਮ ਵੱਧ ਹੋ ਗਿਆ। ਜਦੋਂ ਇਹ ਬਿਮਾਰੀ ਫੈਲੀ ਸੀ ਉਸ ਸਮੇਂ ਸਾਡੇ ਕੋਲ ਕੋਈ ਦਵਾਈ ਨਹੀਂ ਸੀਗੀ, ਕੋਈ ਵੈਕਸੀਨ ਨਹੀਂ ਸੀ। ਇਸ ਲਈ ਉਦੋਂ ਲੋਕਾਂ ਨੂੰ ਸਿਰਫ ਅਸੀਂ ਇਸ ਕਰਕੇ ਇਹ ਮੋਟੀਵੇਟ ਕਰਦੇ ਰਹੇ ਕਿ ਉਹ ਲੋਕ ਜਿਹੜਾ ਕੋਰੋਨਾ ਹੈਗਾ ਪ੍ਰੋਟੋਕੋਲ ਹੈ ਉਹਦੀ ਪਾਲਣਾ ਕਰਨ, ਦੂਰੀ ਬਣਾ ਕੇ ਰੱਖਣ, ਮਾਸਕ ਪਾ ਕੇ ਰੱਖਣ। ਹੁਣ ਸਾਡੇ ਕੋਲ ਵੈਕਸੀਨ ਆ ਚੁੱਕੀ ਹੈ ਫਰਵਰੀ ਦੇ ਵਿੱਚ, ਅਤੇ ਹੁਣ ਵੈਕਸੀਨ ਲਾਉਣ ਦੇ ਲਈ ਅਸੀਂ ਥਾਂ ਥਾਂ 'ਤੇ ਕੈਂਪ ਲਾ ਰਹੇ ਹਾਂ। ਜਿਵੇਂ ਅੱਜ ਵੀ ਇੱਥੇ ਆਪਣੇ ਡੇਰਾ ਸੱਚਾ ਸੌਦਾ ਮੰਦੀਰ ਵਿਖੇ ਕੈਂਪ ਲਗਾਇਆ ਹੋਇਆ, ਅਤੇ ਸਾਨੂੰ ਆਸ ਹੈ ਕਿ ਇੱਥੇ ਅੱਜ ਜਿਹੜੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਕਾਫੀ ਹੱਦ ਤੱਕ ਆਪਣੇ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਕਰ ਸਕਣਗੇ। ਇਹ ਬਿਮਾਰੀ ਜਿਹੜੀ ਹੈਗੀ ਹੈ ਇਹ 2 ਸਾਡੇ ਲਹਿਰਾਂ ਬੀਤ ਚੁੱਕੀਆਂ। ਪਹਿਲੀ ਲਹਿਰ ਥੋੜ੍ਹੀ ਘੱਟ ਮਤਲਬ ਖਤਰਨਾਕ ਸੀ, ਦੂਸਰੀ ਲਹਿਰ ਕਾਫੀ ਖਤਰਨਾਕ ਰਹੀ ਹੈ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਨੂੰ ਹਸਪਤਾਲਾਂ 'ਚ ਬੈੱਡ ਵੀ ਨਹੀਂ ਮਿਲਦੇ ਸੀਗੇ ਅਤੇ ਡੈਥ ਰੇਟ ਵੀ ਕਾਫੀ ਹੋ ਗਿਆ ਸੀਗਾ। ਹੁਣ ਉਸ 'ਤੇ ਕੰਟਰੋਲ ਹੈ, ਬਟ ਜਿਹੜੀ ਤੀਸਰੀ ਲਹਿਰ ਆ ਰਹੀ ਹੈ ਉਹ ਬੜੀ ਖਤਰਨਾਕ ਹੈ। ਉਹ ਬੱਚਿਆਂ 'ਤੇ ਵੀ ਉਹਦਾ ਪ੍ਰਭਾਵ ਪਏਗਾ ਅਤੇ ਜਿਹੜੇ ਵੱਡੇ ਨੇ ਉਹਨਾਂ 'ਤੇ ਪ੍ਰਭਾਵ ਪੈਣਾ ਹੀ ਪੈਣਾ। ਇਸ ਲਈ ਤੀਸਰੀ ਲਹਿਰ ਤੋਂ ਬਚਾਅ ਲਈ ਸਾਨੂੰ ਸਾਰਿਆਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ। ਅਸੀਂ ਇਸ ਵੈਕਸੀਨ ਲੱਗਣ ਤੋਂ ਬਾਅਦ ਹੀ ਤੀਸਰੀ ਲਹਿਰ ਤੋਂ ਬਚ ਸਕਦੇ ਹਾਂ। ਜੇ ਅਸੀਂ ਵੈਕਸੀਨ ਨਾ ਲਗਾਈ ਤਾਂ ਤੀਸਰੀ ਲਹਿਰ ਜਿਹੜੀ ਆ ਰਹੀ ਹੈ ਉਸ ਤੋਂ ਸਾਨੂੰ ਕੋਈ ਨਹੀਂ ਬਚਾ ਸਕੇਗਾ। ਇਸ ਲਈ ਮੇਰੀ ਸਾਰੇ ਹੀ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੈਕਸੀਨ ਲਗਾਉਣ। ਜਿਹੜੀਆਂ ਅਫਵਾਹਾਂ ਫੈਲ ਰਹੀਆਂ, ਅਫਵਾਹਾਂ ਦੇ ਵਿੱਚ ਕੋਈ ਮਤਲਬ ਦਮ ਨਹੀਂ ਹੈਗਾ, ਅਤੇ ਅਫਵਾਹਾਂ ਤੋਂ ਨਿਕਲ ਕੇ ਲੋਕਾਂ ਨੂੰ ਜਿਹੜੀ ਹੈ ਵੈਕਸੀਨ ਲਗਾਉਣੀ ਚਾਹੀਦੀ ਹੈ। ਵੈਕਸੀਨ ਦਾ ਕੋਈ ਨੁਕਸਾਨ ਨਹੀਂ ਹੈ, ਸਗੋਂ ਇਹਦਾ ਫਾਇਦਾ ਹੈ। ਇਮਿਊਨਿਟੀ ਪਾਵਰ ਵੱਧਦੀ ਹੈ ਤੁਹਾਡੀ, ਕਈ ਦੂਸਰੀਆਂ ਬਿਮਾਰੀਆਂ ਵੀ ਇਸ ਜਿਹੜੀ ਵੈਕਸੀਨ ਨਾਲ ਦੂਰ ਹੁੰਦੀਆਂ ਹਨ। ਇਸ ਲਈ ਸਾਰੇ ਹੀ ਲੋਕ ਵੈਕਸੀਨ ਵੱਧ ਤੋਂ ਵੱਧ ਲਗਾਉਣ, ਤਾਂ ਕਿ ਅਸੀਂ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਤੀਸਰੀ ਲਹਿਰ ਆ ਰਹੀ ਹੈ ਉਸ ਤੋਂ ਆਪਣੇ ਆਪ ਨੂੰ ਬਚਾ ਸਕੀਏ। ਧੰਨਵਾਦ। देश विदेश के तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।